ਸੋ ਦੋਸਤੋ ਇਹ ਸੀਗੇ ਪਾਰੁਲ ਸਿੰਘ ਹੁਣ ਮੇਰੀ ਜਿਹੜੀ ਆਵਾਜ਼ ਆ ਰਹੀ ਹੈ ਕੰਟੈਸਟੈਂਟ ਨੰਬਰ 505 ਅਮਿਤਾ ਸਲਾਰੀਆ ਮਨਹਾਸ ਮਕਸਦ ਜ਼ਿੰਦਗੀ ਦਾ ਕੁਝ ਵੱਖਰਾ ਕਰਕੇ ਜਾਣਾ ਏ ਇੱਕ ਮਕਸਦ ਜ਼ਿੰਦਗੀ ਦਾ ਕੁਝ ਵੱਖਰਾ ਹੀ ਕਰਕੇ ਜਾਣਾ ਏ ਲੋਕ ਯਾਦ ਤਾਂ ਰੱਖਣਗੇ ਜਦ ਅਸਾਨੇ ਤੁਰ ਜਾਣਾ ਹੈ ਮੇਰਾ ਨਾਮ ਅਮਿਤਾ ਸਲਾਰੀਆ ਮਨਹਾਸ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੇਰੇ ਵੱਲੋਂ ਸਾਰੇ ਜਜਿਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਬਹੁਤ ਸੋਹਣੇ ਲੱਗ ਰਹੇ ਹੋ ਥੈਂਕ ਯੂ ਮੈਮ ਅੱਛਾ ਤੁਹਾਨੂੰ ਪਤਾ ਕਸੀਦਾਕਾਰੀ ਕਿਹਨੂੰ ਕਿਹਾ ਜਾਂਦਾ ਹੈ ਹਾਂਜੀ ਮੈਮ ਕਿਹਨੂੰ ਕਿਹਾ ਜਾਂਦਾ ਮੈਮ ਕਸੀਦਾ ਹੁੰਦਾ ਜਿੱਦਾਂ ਮਤਲਬ ਅਸੀਂ ਸਾਰੇ ਬੈਠੇ ਹੋਏ ਹਾਂ ਅਤੇ ਚਾਦਰਾਂ ਕੱਢਦੇ ਹਾਂ ਮੈਮ ਕਸੀਦਾ ਕੱਢਦੇ ਹਾਂ ਮਤਲਬ ਮੇਨ ਵਰਡ ਯੂਜ਼ ਕਰੋ ਮੈਮ ਕਸੀਦਾਕਾਰੀ ਕਿਹਨੂੰ ਕਹਿੰਦੇ ਆ ਕਸੀਦਾਕਾਰੀ ਮੈਮ ਉਹੀ ਜਿੱਦਾਂ ਮਤਲਬ ਸਾਰੀ ਲੜਕੀਆਂ ਬੈਠੀਆਂ ਹੋਈਆਂ ਆਪਾਂ ਕੋਈ ਜਿੱਦਾਂ ਚਾਦਰ ਕੋਈ ਲੈ ਲਈ ਕੋਈ ਚੀਜ਼ ਇੱਦਾਂ ਉਹਦੇ 'ਤੇ ਧਾਗੇ ਨਾਲ ਅਸੀਂ ਕਸੀਦਾ ਕੱਢਦੇ ਹਾਂ ਮੈਮ ਮੇਨ ਗੱਲ ਤਾਂ ਉਹੀ ਹੋ ਗਈ ਤੁਸੀਂ ਮੇਰੇ ਕੁਐਸਚਨ ਦਾ ਹੀ ਮੈਨੂੰ ਆਨਸਰ ਦੇਈ ਜਾ ਰਹੇ ਕਸੀਦਾ ਕਿਹਾ ਕਸੀਦਾਕਾਰੀ ਕਿਹਾ ਕਿਹਨੂੰ ਜਾਂਦਾ ਚਾਦਰ 'ਤੇ ਕੀ ਕਰਦੇ ਨੇ ਕਸੀਦਾ ਤਾਂ ਮੈਂ ਦੱਸਤਾ ਤੁਹਾਨੂੰ ਹਾਂਜੀ ਹਾਂਜੀ ਅਤੇ ਤੁਸੀਂ ਉਹਦਾ ਮਤਲਬ ਮੈਨੂੰ ਸੈਕਿੰਡ ਮੀਨਿੰਗ ਉਹਦਾ ਦੱਸੋ ਕਿ ਕਸੀਦਾਕਾਰੀ ਕਿਹਨੂੰ ਕਿਹਾ ਜਾਂਦਾ ਮੈਮ ਕਸੀਦਾ ਬਿਲਕੁਲ ਕੋਲ ਹੋ ਹਾਂਜੀ ਬੋਲ ਵੀ ਸਹੀ ਰਹੇ ਹੋ ਹਾਂਜੀ ਮੈਮ ਬਸ ਤੁਸੀਂ ਉਹੀ ਵਰਡ ਯੂਜ਼ ਕਰ ਰਹੇ ਹੋ ਜਿਹੜਾ ਮੈਂ ਪੁੱਛਿਆ ਤੁਹਾਨੂੰ ਓਕੇ ਮੈਮ ਮੈਮ ਜਿੱਦਾਂ ਇੱਧਰੋਂ ਨਹੀਂ ਬੋਲਣਾ ਕਿਸੇ ਨੇ ਵੀ ਸੋਰੀ ਮੈਮ ਮੈਂ ਸੁਣਿਆ ਨਹੀਂ ਸੁਣੋ ਤੁਸੀਂ ਮੇਰੀ ਗੱਲ ਹਾਂਜੀ ਮੈਮ ਮਤਲਬ ਮੈਂ ਕਹਿੰਦੀ ਮਤਲਬ ਜਿੱਦਾਂ ਕੱਢਣਾ ਕਢਾਈ ਸਮਝ ਲਓ ਕੁਛ ਵੀ ਕੱਢਣਾ ਉਹ ਕਸੀਦਾ ਹੁੰਦਾ ਮੈਮ ਮਤਲਬ ਬੈਠੇ ਹੋਏ ਆ ਕਢਾਈ ਕਰਨੀ ਕਸੀਦਾ ਕਰਨਾ ਹਾਂਜੀ ਮੈਮ ਇਹੀ ਮੈਂ ਸੁਣਨਾ ਚਾਹੁੰਦੀ ਸੀਗੀ ਸੋਰੀ ਮੈਮ ਠੀਕ ਹੈ ਓਕੇ ਇਟਸ ਓਕੇ ਥੈਂਕ ਯੂ ਮੈਮ ਅੱਛਾ ਤੁਹਾਨੂੰ ਪਤਾ ਬਾਗ ਬੰਨਣਾ ਕਿਹਨੂੰ ਕਹਿੰਦੇ ਆ ਹਾਂਜੀ ਮੈਮ ਮੈਮ ਜਦੋਂ ਘੋੜੀ ਮਤਲਬ ਲੜਕੇ ਦੀ ਸ਼ਾਦੀ ਹੁੰਦੀ ਹੈ ਤੇ ਘੋੜੀ ਨੂੰ ਬਾਗਾਂ ਉਹ ਕਰਦੇ ਨਾ ਭਰਾ ਨੂੰ ਵੀ ਬਾਗ ਇੱਥੇ ਬੰਨਦੇ ਆ ਬਟ ਘੋੜੀ ਨੂੰ ਵੀ ਸਾਈਡਾਂ ਤੇ ਬਾਗਾਂ ਬੰਨਦੇ ਆ ਕੌਣ ਬੰਨਦਾ ਮੈਮ ਭੈਣਾਂ ਓਕੇ ਥੈਂਕ ਯੂ ਓਕੇ ਮੈਮ ਥੈਂਕ ਯੂ ਮੈਮ ਹੈਲੋ ਅਮਿਤਾ ਜੀ ਹੈਲੋ ਮੈਮ ਅੱਛਾ ਤੁਹਾਨੂੰ ਪੰਜਾਬੀ ਬਾਰੇ ਮੈਨੂੰ ਲੱਗਦਾ ਬਹੁਤ ਨੌਲੇਜ ਹੈ ਮੈਮ ਐਕਚੁਅਲੀ ਮੇਰਾ ਹਾਂਜੀ ਇੱਕ ਛੰਦ ਸੁਣਾ ਦਿਓ ਫਿਰ ਛੰਦ ਕਿਹਨੂੰ ਕਹਿੰਦੇ ਹੈ ਮੈਮ ਛੰਦ ਜਿਹੜੇ ਹੁੰਦੇ ਆ ਕਿ ਜਿੱਦਾਂ ਵਿਆਹ ਹੁੰਦੇ ਆ ਅਤੇ ਉਹਦੇ 'ਚ ਮਤਲਬ ਇੱਕ ਦੂਜੇ ਨੂੰ ਜਿੱਦਾਂ ਮਤਲਬ ਬੋਲੇ ਜਾਂਦੇ ਆਪਸ 'ਚ ਨਹੀਂ 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 ਮੈਮ ਸੋਰੀ ਘੋੜੀ ਜਦੋਂ ਮਤਲਬ ਚੜ੍ਹਦਾ ਕੋਈ ਮਤਲਬ ਕੋਈ ਵਿਆਹ 'ਚ ਮੈਮ ਉਦੋਂ ਛੰਦ ਬੋਲੇ ਜਾਂਦੇ ਆ ਹਾਂਜੀ ਮੈਮ ਅਤੇ ਤੁਹਾਨੂੰ ਕੋਈ ਛੰਦ ਆਉਂਦਾ ਛੰਦ ਵੈਸੇ ਦੁੱਲੇ ਤੋਂ ਵੀ ਸੁਣਿਆ ਜਾਂਦਾ ਹੈ ਜਦੋਂ ਹਾਂ ਉਹਨੂੰ ਵੈਸੇ ਛੰਦ ਕਹਿੰਦੇ ਹੈ ਮੈਮ ਜੇ ਕੁਛ ਹੋ ਸੁਣਾ ਦਾ ਪੰਜਾਬੀ ਸੁਣਾਓ ਸੁਣਾਓ ਜੋ ਹਾਂਜੀ ਮਤਲਬ ਬੋਲੀ ਕੋਈ ਸੱਭਿਆਚਾਰ ਦੇ ਰਿਗਾਰਡਿੰਗ ਕੁਛ ਆਉਂਦਾ ਹੈ ਤੁਹਾਨੂੰ ਹਾਂਜੀ ਮੈਮ ਠੀਕ ਨਿੱਕ ਨਿੱਕ ਕਣੀਦਾ ਮੀਂਹ ਪਿਆ ਪੈਂਦਾ ਨਿੱਕ ਨਿੱਕ ਕਣੀਦਾ ਮੀਂਹ ਪਿਆ ਪੈਂਦਾ ਚੋਂਦਾ ਪਿਆ ਬਰਾਂਡਾ ਵੇ ਜਾਵੇ ਮੁੰਡਿਆਂ ਮੇਂਦ ਮੋਰੀਆਂ ਜਾਵੇ ਮੁੰਡਿਆਂ ਮੇਂਦ ਮੋਰੀਆਂ ਦਿਲ ਮੇਰਾ ਗੋਤੇ ਖਾਂਦਾ ਨੀ ਉਹ ਜਿਹੜਾ ਦੂਰ ਖੜਾ ਨੀ ਉਹ ਜਿਹੜਾ ਦੂਰ ਖੜਾ ਮੇਰਿਆਂ ਦਿਲਾਂ ਦਾ ਸਾਂਝਣੀ ਉਹ ਜਿਹੜਾ ਦੂਰ ਖੜਾ ਮੇਰਿਆਂ ਦਿਲਾਂ ਦਾ ਸਾਂਝਣੀ ਉਹ ਜਿਹੜਾ ਦੂਰ ਖੜਾ ਮੇਰਿਆਂ ਦਿਲਾਂ ਦਾ ਸਾਂਝਣੀ ਉਹ ਜਿਹੜਾ ਦੂਰ ਖੜਾ ਧੰਨਵਾਦ ਮੈਮ ਬਹੁਤ ਵਧੀਆ ਥੈਂਕ ਯੂ ਸੋ ਮਚ ਕੰਟੈਸਟੈਂਟ ਨੰਬਰ 506 ਸ਼ੇਫਾਲੀ ਰਾਣਾ ਗੁੱਡ ਆਫਟਰਨੂਨ ਮੇਰਾ ਨਾਮ ਸ਼ੇਫਾਲੀ ਸੈਨੀ ਹੈ ਐਕਚੁਲੀ ਮੈਂ ਪਠਾਨਕੋਟ ਤੋਂ ਹੀ ਬਿਲੋਂਗ ਕਰਦੀ ਹਾਂ ਬਟ ਮੈਂ ਮੈਰਿਡ ਪਾਨੀਪਤ ਹਾਂ ਮੇਰੇ ਹਸਬੈਂਡ ਰੂਪਕ ਸੈਨੀ ਜੀ ਉਹ ਆਸਟ੍ਰੇਲੀਆ ਰਹਿੰਦੇ ਹੈ ਮੈਂ ਐਕਚੁਲੀ ਇਸ ਇੱਥੇ ਪਾਰਟੀਸਪੇਟ ਸਿਰਫ ਉਹਨਾਂ ਕਾਰਨ ਹੀ ਕੀਤਾ ਹੈ ਉਹਨਾਂ ਨੇ ਐਫ ਬੀ 'ਤੇ ਪੋਸਟ ਦੇਖੀ ਸੀ ਐਂਡ ਹੀ ਕਾਲਡ ਮੀ ਡੈਟ ਆਪ ਵੀ ਪਾਰਟੀਸਪੇਟ ਕਰੋ ਟਰਾਈ ਕਰੋ ਮੇ ਬੀ ਹੀ ਥਿੰਕ ਕਿ ਮੇਰੇ ਮੇਂ ਵੋ ਟੈਲੈਂਟ ਹੈ ਤੋ ਡੈਟਸ ਵਾਈ ਮੈਂ ਅਗਰ ਯਹਾਂ ਪੇ ਆਈ ਹੂੰ ਜਸਟ ਬਿਕੋਜ਼ ਆਫ ਹਿਮ
और मैंने MBA करी हुई है, मैंने फैशन डिज़ाइनिंग करी हुई है और प्लस कॉस्मोटोलॉजी. MBA का रीज़न था कि मेरे को एक बिजनेस वूमेन बनना है और जस्ट लाइक मैम मेरे को फैशन डिज़ाइनिंग का था कि मेरे को भी कुछ करना है इस इंडस्ट्री में. और आई थिंक फैशन डिज़ाइनिंग एंड कॉस्मोटोलॉजी आर इंटरलिंक टू ईच अदर, दैट्स वाई आई हैव दीज थ्री कॉम्बिनेशंस. ਸਤਿ ਸ਼੍ਰੀ ਅਕਾਲ ਜੀ. ਇੱਧਰ ਹਾਂਜੀ, ਮੈਂ ਪੁੱਛਣਾ ਚਾਹਾਂਗਾ ਤੁਸੀਂ ਕੀ ਵੇਅਰ ਕੀਤਾ? ਹਾਂਜੀ ਸਰ, ਇਹ ਡਰੈਸ ਕਿਹੜੀ ਵੇਅਰ ਕੀਤੀ ਹੈ? ਸਰ ਤੁਸੀਂ ਇਹਨੂੰ ਇੰਡੋ ਵੈਸਟਰਨ ਕਹਿ ਸਕਦੇ ਹੋ. ਉਹ ਕਿਸ ਤਰ੍ਹਾਂ? ਲਾਈਕ ਗਾਊਨ ਹੈ, ਇਹ ਵੈਸਟਰਨ ਹੈ. ਹਾਂਜੀ, ਅਤੇ ਫੁੱਲ ਲੈਂਥ ਹੈ, ਇਸ ਲਈ ਇੰਡੀਅਨ ਪਲੱਸ ਵੈਸਟਰਨ. ਇਹਨੂੰ ਹੋਰ ਵੈਸਟਰਨ ਲੁੱਕ ਦੇਣ ਲਈ ਮੈਂ ਨਾਲ ਬੈਲਟ ਕੈਰੀ ਕੀਤੀ ਹੈ. ਬਟ ਵੈਸਟਰਨ ਔਰ ਇੰਡੋ ਵੈਸਟਰਨ 'ਚ ਕੀ ਡਿਫਰੈਂਸ ਹੁੰਦਾ ਨਾ? ਸਰ ਵੈਸਟਰਨ ਹੁੰਦਾ ਕਿ ਜਦ ਅਸੀਂ ਸ਼ਾਰਟ ਡਰੈਸਿਸ ਪਾਈਏ, ਵੈਸਟਰਨ ਕਲਚਰ ਨੂੰ ਅਪਣਾਈਏ, ਅਤੇ ਇੰਡੋ ਵੈਸਟਰਨ ਮਤਲਬ ਕੋਂਬੀਨੇਸ਼ਨ ਆਫ ਇੰਡੀਅਨ ਪਲੱਸ ਵੈਸਟਰਨ ਇਜ਼ ਆ ਇੰਡੋ ਵੈਸਟਰਨ. ਹਾਂ, ਕੀ ਡਿਫਰੈਂਸ ਹੁੰਦਾ? ਉਹੀ ਤਾਂ ਪੁੱਛ ਰਿਹਾ. ਸਰ ਡਿਫਰੈਂਸ ਇਹੀ ਹੈ ਕਿ ਜੋ ਵੈਸਟਰਨ ਹੈ ਉਹਦੇ ਵਿੱਚ ਅਸੀਂ ਵੈਸਟਰਨ ਨੂੰ ਅਪਲਾਈ ਕਰਦੇ ਹਾਂ, ਇੰਡੋ ਵੈਸਟਰਨ ਇੰਡੀਅਨ ਪਲੱਸ ਵੈਸਟਰਨ ਟਵਿਸਟ ਹੁੰਦਾ ਉਹਦੇ ਵਿੱਚ. ਮੈਂ ਮੈਡਮ ਉਹੀ ਤਾਂ ਕਰ ਰਹੇ ਹਾਂ, ਪੁੱਛ ਰਹੇ ਹਾਂ ਵੀ ਇੰਡੀਅਨ ਔਰ ਵੈਸਟਰਨ 'ਚ ਕੀ ਡਿਫਰੈਂਸ ਆ ਜਾਂਦਾ, ਅਤੇ ਦੋਨਾਂ ਦਾ ਕੋਂਬੀਨੇਸ਼ਨ 'ਚ ਐਸੀ ਕਿਹੜੀ ਚੀਜ਼ ਮਿਕਸ ਕੀਤੀ ਜਾਂਦੀ ਜਿਹਦੇ ਨਾਲ ਉਹ ਇੰਡੋ ਵੈਸਟਰਨ ਹੋ ਜਾਂਦਾ? ਹਾਂਜੀ, ਵੈਸਟਰਨ ਦੇ ਵਿੱਚ ਅਸੀਂ ਜਿੱਦਾਂ ਸਕਰਟਸ ਪਾ ਸਕਦੇ ਹਾਂ, ਅਸੀਂ ਸਮਾਲ ਡਰੈਸਿਸ ਪਾ ਸਕਦੇ ਹਾਂ, ਗਾਊਨਸ ਫੁੱਲ ਲੈਂਥ ਉਹ ਇੰਡੀਅਨ ਲੁੱਕ ਆਉਂਦੀ ਹੈ, ਸੂਟਸ ਪਾ ਸਕਦੇ ਹਾਂ. ਜਦੋਂ ਅਸੀਂ ਦੋਨਾਂ ਨੂੰ ਕੰਬਾਈਨ ਕਰਦੇ ਹਾਂ ਤਾਂ ਉਹ ਇੰਡੋ ਵੈਸਟਰਨ ਹੋ ਜਾਂਦੀ ਹੈ. ਮੈਡਮ, ਵੈਸਟਰਨ ਔਰ ਇੰਡੋ ਵੈਸਟਰਨ 'ਚ ਇੱਕੋ ਡਿਫਰੈਂਸ ਹੁੰਦਾ, ਜਦੋਂ ਵੈਸਟਰਨ ਡਰੈਸ ਦੇ ਉੱਤੇ ਤੁਸੀਂ ਚਾਹੇ ਗਾਊਨ ਹੋਵੇ ਚਾਹੇ ਸ਼ੋਰਟ ਹੋਵੇ, ਐਮਬਰੋਇਡਰੀ ਵਰਕ ਕਰ ਦਿੰਦੇ ਹੋ, ਕੋਈ ਉਹਦੇ 'ਤੇ ਕਸੀਦਾ ਕਰੀ ਕਰਦੇ ਹੋ, ਦਿਸ ਇਜ਼ ਦ ਕਾਲ ਇੰਡੋ ਵੈਸਟਰਨ. ਓਕੇ, ਥੈਂਕ ਯੂ ਫੋਰ ਇਨਫੋਰਮੇਸ਼ਨ. ਐਕਚੁਅਲੀ ਮੈਨੂੰ ਪਤਾ ਨਹੀਂ ਸੀ ਇਸ ਚੀਜ਼ ਦਾ. ਵੈਸਟਰਨ ਡਰੈਸ ਕਦੀ ਕਢਾਈ ਗਈ ਤੁਸੀਂ ਦੇਖੀ ਕਿਸੇ ਦੇ? ਨਹੀਂ ਸਰ, ਨਹੀਂ. ਇੰਡੋ ਵੈਸਟਰਨ ਇਸ ਲਈ ਕਿਹਾ ਜਾਂਦਾ. ਓਕੇ, ਤੁਸੀਂ ਫੈਸ਼ਨ ਕਰ ਰਹੇ ਹੋ, ਥੋੜ੍ਹਾ ਇਸ ਚੀਜ਼ ਦਾ ਧਿਆਨ ਰੱਖਿਓ. ਥੈਂਕ ਯੂ. ਹੈਲੋ ਮੈਮ, ਥੈਂਕ ਯੂ. ਓਕੇ, ਹਾਂਜੀ. ਮਾਡਰਨ ਹੋਣਾ ਮੈਮ, ਲਾਈਕ ਡਰੈਸਿੰਗ ਤੋਂ ਨਹੀਂ ਅਸੀਂ ਕਹਿ ਸਕਦੇ, ਆਪਣੀ ਥਿੰਕਿੰਗ ਵੀ ਮਾਡਰਨ ਹੋਣੀ ਚਾਹੀਦੀ ਆ. ਲਾਈਕ ਕਈ ਲੋਕ ਸੋਚਦੇ ਆ, ਅੱਜ ਕੱਲ੍ਹ ਮੇਨ ਜਿਹੜਾ ਇੰਡੀਆ 'ਚ ਸਭ ਤੋਂ ਜ਼ਿਆਦਾ ਪ੍ਰੋਬਲਮ ਚੱਲਦੀ ਪਈ ਆ ਰੇਪ ਕੇਸਿਸ ਦੀ, ਅਤੇ ਮੋਸਟਲੀ ਲੋਕਾਂ ਦੀ ਥਿੰਕਿੰਗ ਹੈ ਕਿ ਅਸੀਂ ਸਮਾਲ ਡਰੈਸਿਸ ਪਾਉਂਦੇ ਹਾਂ, ਡੈਟਸ ਵਾਈ ਰੇਪ ਹੁੰਦੇ ਆ. ਬਟ ਮੇਰੇ ਅਕੋਰਡਿੰਗ ਮਾਡਰਨ ਤੁਸੀਂ ਆਪਣੀ ਉਹਦੇ ਨਾਲ ਨਹੀਂ ਹੁੰਦੇ, ਮਾਡਰਨ ਤੁਸੀਂ ਆਪਣੀ ਥਿੰਕਿੰਗ ਨਾਲ ਹੁੰਦੇ ਹੋ. ਅਗਰ ਤੁਸੀਂ ਸੁਸਾਇਟੀ ਨਾਲ ਕੋਪ ਅਪ ਕਰਨਾ ਹੈ ਤਾਂ ਮੇਰੇ ਅਕੋਰਡਿੰਗ ਹੋਣਾ ਜ਼ਰੂਰੀ ਹੈ. ਹਾਂਜੀ, ਥੈਂਕ ਯੂ. ਮੈਂ ਇੱਕ ਤੁਹਾਡੀ ਕਾਇੰਡ ਫੋਰ ਇਨਫੋਰਮੇਸ਼ਨ ਦੱਸ ਦਿਆਂ, ਰੇਪ ਕੇਸਿਸ ਦੇ ਵਿੱਚ ਵਰਲਡ ਦੇ ਵਿੱਚ ਇੰਡੀਆ ਦਾ ਲੈਵਲ ਬੜਾ ਡਾਊਨ ਹੁੰਦਾ. ਆਪਾਂ ਇਕੱਲਾ ਉਸੇ ਮਾਇੰਡ ਨੂੰ ਲੈ ਕੇ ਮਾਡਰਨ ਨਾਲ ਨਹੀਂ ਜੋੜਿਆ ਜਾ ਸਕਦਾ. ਪਹਿਲਾ ਸਵਾਲ ਦਾ ਜਵਾਬ ਜਿਹੜਾ ਤੁਹਾਡਾ ਸਹੀ ਸੀ, ਸੋਚ ਨੂੰ ਵੀ ਮਾਡਰਨ ਕਰਨਾ ਚਾਹੀਦਾ. ਮਾਡਰਨ ਇਨ ਦਾ ਸੈਂਸ ਮਤਲਬ ਜੇ ਬਾਹਰਲੇ ਦੇਸ਼ਾਂ ਦੀ ਕੋਈ ਚੀਜ਼ ਚੰਗੀ ਲੱਗਦੀ ਹੈ, ਸੋਚ ਵਧੀਆ ਲੱਗਦੀ ਹੈ ਸਮਾਜ ਨੂੰ ਅੱਗੇ ਲਿਜਾਣ ਲਈ, ਸਾਨੂੰ ਉਹ ਇੰਪਲੀਮੈਂਟ ਕਰਨੀ ਚਾਹੀਦੀ ਹੈ, ਅਤੇ ਸਾਡੀ ਸੋਚ ਉਹਨਾਂ ਨੂੰ ਚੰਗੀ ਲੱਗਦੀ ਉਹ ਇੰਪਲੀਮੈਂਟ ਕਰਨ. ਠੀਕ ਹੈ, ਥੈਂਕ ਯੂ. ਕੰਟੈਸਟੈਂਟ ਨੰਬਰ 507 ਪੂਨਮ ਕੁਮਾਰੀ, ਤੁਹਾਡੀਆਂ ਜ਼ੋਰਦਾਰ ਤਾਲੀਆਂ ਦੇ ਨਾਲ ਦੋਸਤੋ. ਜਜਿਸ, ਮੇਰਾ ਨਾਮ ਪੂਨਮ ਹੈ ਔਰ ਮੈਂ ਹਿਮਾਚਲ ਪ੍ਰਦੇਸ਼ ਕੇ ਡਿਸਟ੍ਰਿਕਟ ਕਾਂਗੜਾ ਸੇ ਆਈ ਹੂੰ ਔਰ ਮੇਰੀ ਸ਼ਾਦੀ ਵੀ ਹਿਮਾਚਲ ਮੇਂ ਹੀ ਹੋਈ ਹੈ ਔਰ ਮੈਂ ਆਪਣੇ ਪੇਰੈਂਟਸ ਔਰ ਇਨਲਾਸ ਕਾ ਧੰਨਵਾਦ ਕਰਤੀ ਹੂੰ ਜਿਨ੍ਹੋਂਨੇ ਮੁਝੇ ਯਹਾਂ ਪਰ ਆਨੇ ਕਾ ਮੌਕਾ ਦੀਆ. ਹੈਲੋ ਮੈਮ ਪੂਨਮ, ਕੈਸੇ ਹੋ ਆਪ? ਮੈਮ ਫਾਈਨ, ਥੈਂਕ ਯੂ ਮੈਮ. ਥੈਂਕ ਯੂ ਮੈਮ. ਥੈਂਕ ਯੂ ਮੈਮ. ਯੈਸ ਮੈਮ. ਮੈਮ ਖੂਬਸੂਰਤੀ ਜੋ ਹੈ ਵੋ ਇੰਟਰਨਲੀ ਹੋਣੀ ਚਾਹੀਏ, ਜੋ ਏਕ ਮਤਲਬ ਜੈਸੇ ਪੰਜਾਬੀ ਚ ਬੋਲ ਸਕਦੇ ਹੋ, ਠੀਕ ਹੈ? ਖੂਬਸੂਰਤੀ ਕਿਹਨੂੰ ਕਹਿੰਦੇ ਹੈ?
मैम खूबसूरती जो हैगी मैम पंजाबी मुझे टूटी फूटी आती है मैम खूबसूरती जो है वो इंटरनली होनी चाहिए एक्सटर्नल भी होनी चाहिए प्लस इंटरनल भी होनी चाहिए मतलब जो डिपेंड करती है एक पर्सन की नेचर पे अगर जैसे एक पर्सन की कोई नेचर है जैसे अच्छी है बहुत अच्छी नेचर है मतलब उस वो केयर कर रहा है किसी को रिस्पेक्ट दे रहा है और वो ब्यूटीफुल नहीं भी है फिर भी हमें लगता है कि नहीं यार ये बंदा दिल से बहुत अच्छा है और वो हमें नेचुरली अच्छा लगता है और ब्यूटी हम इसे भी मान सकते हैं कि बंदे का एक फेस होता है जैसे मासूमियत किसी की स्माइल जो हमें अट्रैक्ट करती है हम मतलब किसी की तरफ अट्रैक्ट हो रहे हैं जो खूबसूरत बंदा होगा हम उसे बार बार देखेंगे कि नहीं यार ये बंदा तो बहुत खूबसूरत है थैंक यू मैम हाँ जी शिफाली जी ठीक सॉरी शिफाली जी मैम पूनम मैम पूनम नाम है ठीक है पूनम आप ये बताओ हमें आप हिंदी समझते हो ना यस मैम ठीक है सुकून और आराम में क्या फ़र्क है मैम आराम जैसे हम बोल सकते हैं कि अच्छा बिस्तर मिल गया एसी लगा है कमरे में अच्छा बिस्तर है तो हमें आराम करना है मतलब सोना है जैसे टाइमली सोना है उठना है उसे हम आराम बस सुकून जो होता है एक दिल से होता है हाँ हमें बिस्तर भी अच्छा मिला है एसी भी है रूम में गाड़ी भी है सब कुछ है बट हम दिल से खुश नहीं है तो हमें मतलब सुकून नहीं मिला है हमें टेंशन है जैसे तो कौन सी ऐसी चीज़ें जिसके साथ हमें महसूस होता है ये एहसास होता है कि हम सुकून में हैं सुकून जैसे मैम एक लफ्ज में बताओ बस एक दिल से खुशी नहीं नहीं वो कौन सी ऐसी चीज़ है जिससे हमें लगता है सुकून मिल गया खुशी से इबादत मैम खुशी मेरे लिए तो मैम खुशी मैटर करती है कि चाहे मैं कहीं भी खड़ी हूँ कहीं भी जाऊँ बट अगर मैं खुश नहीं हूँ खुशी एक सुकून का ही नाम है yes, लेकिन उसका जरिया भी तो कोई होना चाहिए है ना उस जरिए की मैं बात कर रही हूँ कि वो जरिया तो खुशी मेरे हस्बैंड में है क्या बात है क्या बात है पति परमेश्वर अच्छा एक लास्ट सवाल आपके लिए पंजाब की कोयल कौन है यस मैम पंजाब की कोयल कोयल मैम सिंगर ही होगी कोई हाँ तो हम खुद तो नहीं बता सकते ये तो हमारे सवाल किया है ना आप बताइए हाँ जी मैम आप मैं तो इंशाल्लाह आपकी दुआओं से बनूंगी आप कोयल ही हो क्योंकि आप यहाँ तक पहुँचे हो नहीं नहीं ये तो कल्चर से रिलेटेड क्वेश्चन है ना तो इसलिए मैं पूछ रही हूँ हम नहीं पता चलो एनीवेज थैंक यू सो मच वेलकम मैम सो हुण साडे एक होर अज दे जड़े बहुत ही प्यारे मेहमान ने सैलीब्रिटी ने साडे दरम्यान आ चुके ने मैं चाहूँगा कि तुसी सारे अपनी जोरदार तालियां दे नाल मिसिज़ हरप्रीत कौर जी का वेलकम करो तो मैं गुजारिश करूँगा कि साडी मिसिज़ पंजाब वो भी नाल आउन ते इन्होंने प्यारे प्यारे जड़े फुल ने उन्हां दा गुलदस्ता पेंट करके ऑनर करन मैं दस दूं कि ये साढ़े परमिंदर सर दे मिसिज ने ते बहुत ही अच्छे कलाकार ने अभी तुहानू इहनां दा भी हुणे कुछ देर दे बाद कुछ ना कुछ सोहणियां सोहणियां गल्लां सुणन दा मौका मिलेगा नाल जे सानू विच विच मिठियां आवाज़ां भी सुणन नू मिल जाण ते सोने दे सुहागा हो जाए क्यों ना राज जी दो लाइनां तुहाडे प्यारे प्यारे दर्दानू जाण ले तू एक वारी ते वफा कर दे मुकम्मल इश्क मेरा ऐ खुदा तू भी शफा कर दे रमजान समझे ना जाने मेरी पीड़ वे नैना नैना दे से चले तीर वे कई आख दे ने चली कई आख दे फकीर वे नैना नैना दे से चले तीर वे कई आख दे ने चली कई आख दे फकीर वे नैना
Thank you. 508 Monica Mahajan. ਇੱਥੇ ਆਏ ਦੇ ਸਾਰੇ ਜੱਜਿਸ ਨੂੰ ਸਤਿ ਸ਼੍ਰੀ ਅਕਾਲ ਅਤੇ ਮੇਰਾ ਨਾਮ ਮੋਨਿਕਾ ਮਹਾਜਨ ਹੈ ਅਤੇ ਮੈਂ ਚੰਬਾ ਤੋਂ ਬਿਲੋਂਗ ਕਰਨੀ ਹਾਂ ਮੇਰੀ ਸ਼ਾਦੀ ਇੱਥੇ ਹੋਈ ਦੀ ਹੈ ਔਰ ਮੇਰੇ ਦੋ ਬੱਚੇ ਹੈ ਇੱਕ 16 ਸਾਲ ਦਾ ਔਰ ਇੱਕ 13 ਸਾਲ ਦਾ ਥੈਂਕ ਯੂ ਔਰ ਮੈਨੂੰ ਕੁਕਿੰਗ ਦਾ ਸ਼ੌਕ ਹੈ ਦੂਸਰਿਆਂ ਨੂੰ ਖਾਣਾ ਖਿਲਾਉਣ ਦਾ ਔਰ ਆਪਣੇ ਵਾਸਤੇ ਹੈਲਥ ਕੌਨਸ਼ੀਅਸ ਬਹੁਤ ਹੈ ਮੈਂ ਔਰ ਡਾਂਸਿੰਗ ਮੇਰਾ ਸ਼ੌਕ ਹੈ ਥੈਂਕ ਯੂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨੇਮ ਤੁਹਾਡਾ ਹੈਗਾ ਮੋਨਿਕਾ ਮਹਾਜਨ ਜੀ ਮੈਮ ਮੈਂ ਸੋਚਿਆ ਸੀ ਕੌਰ ਹੁੰਦੀ ਅਤੇ ਉੜਾੜਾ ਆਉਂਦਾ ਚਲੋ ਕੋਈ ਗੱਲ ਨਹੀਂ ਐਨੀਵੇਜ਼ ਸੋ ਮੈਂ ਪੁੱਛਾਂਗੀ ਤੁਹਾਨੂੰ ਇੱਕ ਪੰਜਾਬੀ ਕੁਐਸਚਨ ਹੀ ਕਿ ਲੋਕ ਗੀਤ ਕੀ ਹੈ ਮੈਮ ਲੋਕ ਗੀਤ ਜਿਹੜੇ ਇੱਥੇ ਦੇ ਮੇਨ ਮਤਲਬ ਪੰਜਾਬ ਤੋਂ ਰਿਲੇਟਿਡ ਸੌਂਗ ਹੈ ਜਿਹੜੇ ਇੱਥੇ ਮਤਲਬ ਜਿਹੜੇ ਪੰਜਾਬੀ ਕਲਚਰ ਨੂੰ ਬਿਲੋਂਗ ਕਰਦੇ ਹੈ ਉਹ ਲੋਕ ਗੀਤ ਹੈ ਲੋਕ ਗੀਤ ਮਤਲਬ ਪੈਦਾ ਕਿੱਦਾਂ ਹੋਏ ਤੁਸੀਂ ਮਤਲਬ ਜੇ ਆਪਾਂ ਪਿਛੋਕੜ 'ਤੇ ਜਾਈਏ ਤਾਂ ਤੁਸੀਂ ਕੀ ਦੱਸ ਸਕਦੇ ਹੋ ਇਹਦੇ ਬਾਰੇ ਕਿ ਲੋਕ ਗੀਤ ਕਿੱਥੋਂ ਆਇਆ ਲੋਕ ਗੀਤ ਮੈਮ ਜਿਹੜੇ ਪੁਰਾਣੇ ਟ੍ਰੈਡੀਸ਼ਨਲ ਪਰੰਪਰਾਗਤ ਜਿਹੜੇ ਲੋਕ ਗੀਤ ਹੁੰਦੇ ਹੈ ਜਿਹੜੇ ਅਸੀਂ ਸਦੀਆਂ ਤੋਂ ਸੁਣਦੇ ਆਉਂਦੇ ਹਾਂ ਉਹਨਾਂ ਨੂੰ ਲੋਕ ਗੀਤ ਕਹਿੰਦੇ ਹਨ ਓਕੇ ਐਕਚੁਅਲ ਦੇ ਵਿੱਚ ਕੌਣ ਗਾਉਂਦਾ ਸੀ ਇਹਨਾਂ ਦੱਸ ਸਕਦੇ ਹੋ ਨਹੀਂ ਮੈਮ ਪੰਜਾਬੀ ਇਤਨਾ ਨਹੀਂ ਪਤਾ ਆ ਲੇਡੀਜ਼ ਹੀ ਗਾਉਂਦੀਆਂ ਸੀ ਨੋਰਮਲ ਜੀ ਗੱਲ ਅਸੀਂ ਸ਼ੁਰੂ ਕੀਤਾ ਸਾਰਾ ਕੁਛ ਜੀ ਜੀ ਥੈਂਕ ਯੂ ਥੈਂਕ ਯੂ ਸੋ ਗਾਣਾ ਗਾ ਲੈਂਦੇ ਹੋ ਨਹੀਂ ਮੈਮ ਨਹੀਂ ਡਾਂਸ ਚਲੋ ਕੋਈ ਨਾ ਉਹ ਨੈਕਸਟ ਹੈ ਥੈਂਕ ਯੂ ਪੁੱਛ ਲਈਏ ਹੋਰ ਕੁਛ ਹਾਂਜੀ ਜ਼ਰੂਰ ਜੀ ਠੀਕ ਹੈ ਜੀ ਜਿਹੜੇ ਸੱਗੀ ਫੁੱਲ ਹੈ ਇਹ ਜਿਹੜਾ ਗਹਿਣਾ ਹੈ ਇਹ ਕਿੱਥੇ ਪਹਿਨਿਆ ਜਾਂਦਾ ਹੈ ਸਰ ਮੈਨੂੰ ਇੰਨਾ ਗਹਿਣਾ ਸਰੀਰ 'ਤੇ ਹੀ ਨਹੀਂ ਨਹੀਂ ਉਹ ਤਾਂ ਸਰੀਰ 'ਤੇ ਹੀ ਪਹਿਨਣਾ ਹੈ ਪਰ ਨਹੀਂ ਕਿਹੜਾ ਗਹਿਣਾ ਤੁਸੀਂ ਬੋਲਿਆ ਹੁਣ ਜੇ ਪੁੱਛਾਂ ਘੱਗਰਾ ਕਿੱਥੇ ਪਾਇਆ ਜਾਂਦਾ ਤੁਸੀਂ ਕਹਿੰਦਾ ਸਰੀਰ 'ਤੇ ਨਹੀਂ ਨਹੀਂ ਐਕਚੁਅਲੀ ਮੈਨੂੰ ਪੰਜਾਬ ਦੇ ਸ਼ਬਦਾਂ ਦਾ ਕੁਛ ਮੈਂ ਚੰਬਾ ਤੋਂ ਬਿਲੋਂਗ ਕਰਨੀ ਹੈ ਇਸ ਕਰਕੇ ਮੈਨੂੰ ਉਹ ਪੰਜਾਬੀ ਦਾ ਠੀਕ ਹੈ ਠੀਕ ਹੈ ਠੀਕ ਕੋਈ ਗੱਲ ਨਹੀਂ ਥੈਂਕ ਯੂ ਸੋਹਣੇ ਲੱਗ ਰਹੇ ਹੋ ਹੁਣ ਮੈਂ ਮੰਚ 'ਤੇ ਸੱਦਾ ਦੇਣ ਜਾ ਰਿਹਾ ਕੰਟੈਸਟੈਂਟ ਨੰਬਰ 509 ਕਵਿਤਾ ਸ਼ਰਮਾ ਜੀ ਕਵਿਤਾ ਸ਼ਰਮਾ ਸਤਿ ਸ਼੍ਰੀ ਅਕਾਲ ਜੀ ਸਾਰੇ ਜੱਜਿਸ ਨੂੰ ਪਹਿਲੇ ਇਹਨਾਂ ਨੇ ਸਾਡੇ ਸਾਰਿਆਂ ਦੀ ਬੜੀ ਤਾਰੀਫ ਕੀਤੀ ਹੈ ਪਰ ਮੈਂ ਆਪਣੇ ਸਾਰੇ ਜੱਜਿਸ ਦੀ ਬੜੀ ਤਾਰੀਫ ਕਰਨਾ ਚਾਹੁੰਦਾ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਨੇ ਔਰ ਸਾਡੇ ਸਰ ਨੂੰ ਵੀ ਤਾਂ ਕਿ ਨੰਬਰ ਨਾ ਘੱਟ ਲੱਗ ਜਾਣ ਔਰ ਮੈਂ ਪਹਿਲੇ ਆਪਣੀ ਮੇਲਣਾ ਨੂੰ ਕਹਿਣਾ ਚਾਹੂੰਗੀ ਅਸੀਂ ਜਿੱਤੀਏ ਚਾਹੇ ਨਾ ਜਿੱਤੀਏ ਸਾਰਿਆਂ ਦੇ ਦਿਲ 'ਚ ਧੱਕ ਧੱਕ ਤਾਂ ਹੋ ਹੀ ਰਹੀ ਹੈ ਪਰ ਫਿਰ ਵੀ ਦਿਲ ਨਹੀਂ ਹੌਲਾ ਕਰਨਾ ਜਿੱਥੇ ਵੀ ਜਾਣਾ ਜਾਈ ਨਹੀਂ ਮੇਲਣੇ ਆਈ ਨਹੀਂ ਮੇਲਣੇ ਆਈ ਨਹੀਂ ਮੇਲਣੇ ਜਾਈ ਨਹੀਂ ਮੇਲਣੇ ਬਣ ਕੇ ਪਰਾਉਣੀ ਛਾਈ 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 ਨਹੀਂ ਮੇਲਣੇ ਮੈਂ ਦੁਬਾਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਨਾ ਚਾਹਾਂਗੀ ਮੇਰਾ ਨਾਮ ਕਵਿਤਾ ਸ਼ਰਮਾ ਹੈ ਮੈਂ ਬੇਸਿਕਲੀ ਪਠਾਨਕੋਟ ਤੋਂ ਹਾਂ ਮੇਰੇ ਵਿਆਹ ਨੂੰ 11 ਸਾਲ ਹੋ ਗਏ ਨੇ ਮੇਰਾ ਇੱਕ 9 ਸਾਲ ਦਾ ਬੇਟਾ ਜੋ ਬੜਾ ਹੀ ਸੋਹਣਾ ਔਰ ਅੱਜ ਤਾਈਂ ਮੇਰੀ ਅੱਖਾਂ ਅੱਗੇ ਆ ਰਿਹਾ ਉਹਨੇ ਮੈਨੂੰ ਭੇਜਿਆ ਇੱਥੇ ਐਕਚੁਅਲੀ ਮੈਨੂੰ ਲੱਗਦਾ ਮੈਂ ਬੋਨੀ ਦੇ ਵਸਤੀ ਹੋਈ ਹਾਂ ਅੱਜ ਮਤਲਬ ਸ਼ੁਰੂ ਤੋਂ ਮੈਂ ਜਾਣਦੀ ਸੀ ਪਹਿਲੇ ਤਾਂ ਬਚਪਨ ਤੋਂ ਮੈਨੂੰ ਵਿਆਹ ਕਰਨ ਦਾ ਬੜਾ ਸ਼ੌਂਕ ਸੀ ਤਾਂ ਮੈਂ 18 ਈਅਰਸ ਦੀ ਉਮਰ 'ਚ ਹੀ ਵਿਆਹ ਕਰਾ ਲਿਆ ਅਤੇ ਬਾਅਦ ਵਿੱਚ ਜਦੋਂ ਮੇਰਾ ਵਿਆਹ ਹੋਇਆ ਅਤੇ ਮੈਨੂੰ ਚਾਹੀਦਾ ਸੀਗਾ ਕਿ ਇਹ ਪਲੈਟਫਾਰਮ ਮਿਲੇ ਪਰ ਮਿਸਿਜ਼ ਵਾਲਾ ਨਹੀਂ ਸੀ ਆਉਂਦਾ ਸਾਰੇ ਕਹਿੰਦੇ ਨੇ ਕਿ ਦੂਰ ਦੂਰ ਹੁੰਦਾ ਸੀ ਸੱਚੀ ਕਹਿੰਦੀ ਹਾਂ ਮੈਮ ਜੇ
ਮਿਸਿਜ਼ ਵਾਲਾ ਗੁਰਦਾਸਪੁਰ ਆਉਂਦਾ ਨਾ, ਲੁਧਿਆਣਾ ਆਉਂਦਾ ਨਾ, ਮੇਰੇ ਟਾਈਮ 'ਤੇ ਮੈਂ ਭੱਜਦੀ ਜਾਣਾ ਸੀ, ਅਤੇ ਜੇ ਮਿਸ ਵਾਲਾ ਆਉਂਦਾ ਤਾਂ ਵੀ ਜਾਣਾ ਸੀਗਾ, ਪਰ ਮੇਰੇ ਪੇਰੈਂਟਸ ਵੱਲੋਂ ਥੋੜ੍ਹਾ ਜਿਹਾ ਸੀਗਾ ਕਿ ਉਹ ਜ਼ਿਆਦਾ ਕੋਪਰੇਟ ਨਹੀਂ ਸੀ ਕਰਦੇ, ਉਹਨਾਂ ਨੂੰ ਲੱਗਦਾ ਸੀ ਕਿ ਹਾਂ ਪਤਾ ਨਹੀਂ ਕੀ ਹੋਵੇਗਾ, ਕੁੜੀ ਜਾ ਰਹੀ ਹੈ, ਲੋਕ ਕੀ ਕਹਿਣਗੇ, ਲੋਕਾਂ ਦੀ ਬੜੀ ਸੋਚ ਸੀ ਉਹਨਾਂ ਨੂੰ। ਪਰ ਜਿਹੜੇ ਮੇਰੇ ਇਨਲੋਜ਼ ਹੈ, ਮੇਰੇ ਹਸਬੈਂਡ ਬਹੁਤ ਹੀ ਚੰਗੇ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਜਾ ਜਿੱਤ ਕੇ ਆਈ। ਮੈਂ ਯਾਰ ਇੱਦਾਂ ਨਾ ਕਹੋ, ਦਿਲ ਟੁੱਟ ਜਾਂਦਾ, ਨਹੀਂ ਜਿੱਤੀ ਨਾ ਤਾਂ ਤੁਸੀਂ ਬਹੁਤ ਮਤਲਬ ਗੁੱਸਾ ਕਰਨਾ। ਪਰ ਉਹ ਕਹਿੰਦੇ ਨਹੀਂ, ਤੂੰ ਜਾ ਔਰ ਆਪਣਾ ਬੈਸਟ ਪਰਫੋਰਮੈਂਸ ਦੇ ਔਰ ਜੋ ਹੋਏਗਾ ਰੱਬ ਰਾਖਾ। ਹਾਂਜੀ, ਵੈਰੀ ਗੁੱਡ। ਕਵਿਤਾ ਜੀ, ਕੁਛ ਰਹਿ ਤਾਂ ਨਹੀਂ ਗਿਆ? ਮੈਮ ਮੈਂ ਬਹੁਤ ਬੋਲਦੀ ਹਾਂ, ਰਹਿ ਗਿਆ, ਪਰ ਅਗਲੇ ਜੇ ਸਿਲੈਕਟ ਹੋ ਗਈ ਨਾ ਸੈਮੀਫਾਈਨਲ 'ਚ ਬੋਲੂੰਗੀ। ਬਹੁਤ ਦੈਟਸ ਗੁੱਡ, ਅੱਛੀਆਂ ਲੱਗੀਆਂ ਤੁਹਾਡੀ ਮਿੱਠੀ ਮਿੱਠੀ ਗੱਲਾਂ। ਥੈਂਕ ਯੂ ਮੈਮ, ਇਹਨਾਂ ਨੂੰ ਇਹਨਾਂ ਗੱਲਾਂ ਨੇ ਤਾਂ ਮੇਰੇ ਹਸਬੈਂਡ ਨੂੰ ਪੱਟਿਆ ਸੀ ਲਵ ਮੈਰਿਜ। ਓ ਮਾਈ ਗੋਡ, ਚਲੋ ਤੁਸੀਂ ਸੱਚ ਬੋਲਿਆ। ਦੇਖੋ ਮੈਮ ਮੈਂ ਬਹੁਤ ਸੱਚ ਬੋਲਦੀ ਹਾਂ। ਅੱਛਾ, ਕਿੱਥੋਂ ਬਿਲੋਂਗ ਕਰਦੇ ਤੁਸੀਂ? ਮੈਂ ਪਠਾਨਕੋਟ ਤੋਂ। ਬੇਸਿਕਲੀ ਪਠਾਨਕੋਟ 'ਚ ਜੰਮੀ, ਪਠਾਨਕੋਟ 'ਚ ਹਸਬੈਂਡ ਨੇ ਦੇਖਿਆ, ਉੱਥੇ ਵਿਆਹ ਹੋ ਗਿਆ। ਅੱਛਾ ਜੀ, ਚਲੋ ਠੀਕ ਹੈ। ਪੰਜਾਬੀ ਕਲਚਰ ਬਾਰੇ ਕੁਛ ਪਤਾ ਹੈ? ਹਾਂਜੀ ਮੈਮ, ਪੁੱਛੋ, ਜੋ ਹੋਏਗਾ ਦੱਸਾਂਗੇ। ਠੀਕ ਹੈ ਜੀ, ਤ੍ਰਿੰਝਣਾ ਕਿਹਨੂੰ ਕਹਿੰਦੇ ਨੇ? ਤ੍ਰਿੰਝਣਾ ਮੈਮ ਮੇਰੇ ਹਿਸਾਬ ਨਾਲ ਜਦੋਂ ਸੌਣ ਦਾ ਮਹੀਨਾ ਹੁੰਦਾ ਅਤੇ ਉਦੋਂ ਤ੍ਰਿੰਝਣਾ ਹੁੰਦੀਆਂ। ਕੀ ਹੁੰਦੀਆਂ ਨੇ ਮੈਮ? ਗੂਗਲ ਕਰਨਾ ਪੈਣਾ, ਫਿਰ ਅਸੀਂ ਵੀ ਗੂਗਲ 'ਤੇ ਜਾਈਏ। ਅੱਛਾ ਚਲੋ, ਇਹ ਦੱਸੋ ਫੁਲਕਾਰੀ ਕੀ ਹੁੰਦੀ ਹੈ? ਮੈਮ ਜੋ ਮੈਂ ਲਈ ਆ ਇਹ ਫੁਲਕਾਰੀ ਹੈ। ਹਾਂਜੀ ਮੈਮ। ਵਨ ਫਾਰਮ ਆਫ ਫੁਲਕਾਰੀ? ਨਹੀਂ ਮੈਮ, ਦੇਰ ਆਰ ਸੋ ਮੈਨੀ ਫਾਰਮਸ, ਕਿਸੇ ਵਿੱਚ ਜ਼ਿਆਦਾ ਕਢਾਈ ਹੁੰਦੀ ਹੈ। ਉਹਨੂੰ ਕੀ ਕਹਿੰਦੇ ਆ? ਫੁਲਕਾਰੀ ਕਹਿੰਦੇ ਨੇ ਓਬਵੀਅਸਲੀ। ਨਹੀਂ, ਹੋਰ ਕੁਛ ਸੋਚ ਲਓ। ਚਲੋ, ਯੂਰ ਟਾਈਮਸ ਆਊਟ। ਸੌਰੀ ਮੈਮ, ਕੋਈ ਗੱਲ ਨਹੀਂ। ਉਹਨੂੰ ਬਾਗ ਕਹਿੰਦੇ। ਬਾਗ, ਓਕੇ ਮੈਮ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਸੋਹਣੇ ਲੱਗ ਰਹੇ ਹੋ। ਥੈਂਕ ਯੂ। ਕਵਿਤਾ ਜੀ, ਤੁਸੀਂ ਛੋਟੇ ਹੁੰਦੇ ਕਿੱਕਲੀ ਪਾਈ? ਬੜੀ ਮੈਮ, ਸੁਣਾ। ਦੰਦ ਵੀ ਟੁੱਟਿਆ ਕਿੱਕਲੀ ਪਾਉਣ 'ਚ। ਅੱਛਾ, ਦੇਖ ਲਓ, ਸਵਾਲ ਵੀ ਤੁਹਾਨੂੰ ਹੀ ਆਇਆ, ਜਿਹਦਾ ਦੰਦ ਟੁੱਟਿਆ ਕਿੱਕਲੀ ਪਾਉਂਦੇ। ਚਲੋ ਫਿਰ ਸੁਣਾ ਦਿਓ, ਕਿਹੜਾ ਗਾਣਾ ਗਾਉਂਦੇ ਅਸੀਂ ਕਿੱਕਲੀ ਪਾਉਂਦੇ ਪਾਉਂਦੇ? ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਟੇ ਮੂੰਹ ਜਵਾਈ ਦਾ। ਵੈਰੀ ਗੁੱਡ, ਥੈਂਕ ਯੂ। ਥੈਂਕ ਯੂ ਮੈਮ। ਤ੍ਰਿੰਝਣਾ, ਤੁਹਾਨੂੰ ਪਤਾ ਅੱਜ ਕੱਲ੍ਹ ਕਿਹੜਾ ਮਹੀਨਾ ਚੱਲ ਰਿਹਾ? ਅਤੇ ਸੌਣ ਦੇ ਮਹੀਨੇ 'ਚ ਕੀ ਲੱਗਦਾ ਹੁੰਦਾ? ਹੈਂ, ਤੀਆਂ, ਤੀਆਂ ਇਕੱਠ ਹੁੰਦੀਆਂ, ਕਿੱਥੇ ਕਰਦੀਆਂ ਤੀਆਂ? ਜਾ ਕੇ ਸਹੁਰੇ ਕਿ ਪੇਕੇ? ਪੇਕੇ ਜਾ ਕੇ ਜਦੋਂ ਨਵ ਵਿਆਹੀਆਂ ਆਪਣੇ ਪੇਕੇ ਜਾਂਦੀਆਂ, ਉੱਥੇ ਰਲ ਮਿਲ ਕੇ ਜਦੋਂ ਆਪਣੀਆਂ ਰੀਝਾਂ ਦੱਸਦੀਆਂ, ਆਪਣੇ ਸਹੁਰੇ ਪਰਿਵਾਰ ਦੀਆਂ ਗੱਲਾਂ ਕਰਦੀਆਂ, ਰਲ ਮਿਲ ਸੌਣ ਦੀਆਂ ਪੀਂਘਾਂ ਪਾਉਂਦੀਆਂ, ਉੱਥੇ ਜਿਹੜੀਆਂ ਮੇਲਣਾਂ ਇਕੱਠੀਆਂ ਹੁੰਦੀਆਂ ਉਹਨਾਂ ਨੂੰ ਤ੍ਰਿੰਝਣਾ ਕਹਿੰਦੇ ਨੇ। ਉਹ ਰਲ ਮਿਲ ਬਹਿ ਕੇ ਤ੍ਰਿੰਝਣਾ ਗਾਉਂਦੀਆਂ ਵੀ ਨੇ। ਠੀਕ ਹੈ ਜੀ, ਮੈਂ ਕੰਟੈਸਟੈਂਟ ਨੰਬਰ 510 ਨਿਧੀ ਮਹਿਤਾ। ਪਹਿਲੇ ਮੈਂ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦੀ ਹਾਂ ਆਪਣੇ ਜੱਜਿਸ ਨੂੰ, ਔਰ ਮੈਂ ਪਠਾਨਕੋਟ ਦੀ ਮੁਟਿਆਰ, ਪੰਜਾਬ ਦੀ ਮੁਟਿਆਰ ਨਿਧੀ ਮਹਿਤਾ, ਮੈਂ ਡਿਸਟ੍ਰਿਕਟ ਕੋਆਰਡੀਨੇਟਰ DC ਆਫਿਸ 'ਚ ਹਾਂ, ਔਰ ਮੈਂ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਮਿਸਿਜ਼ ਪੰਜਾਬ ਦਾ 2013 'ਚ ਜਦੋਂ ਸਟਾਰਟ ਕੀਤਾ ਸੀਗਾ ਪਹਿਲੀ ਵਾਰ, ਉਦੋਂ ਤੋਂ ਮੈਂ ਇਹਨਾਂ ਦਾ ਪਾਰਟ ਹਾਂ, ਮਤਲਬ ਜੁੜੀ ਹੋਈ ਹਾਂ। ਮੈਂ ਸੈਮੀਫਾਈਨਲਿਸਟ ਸੀਗੀ 2013 'ਚ, ਔਰ ਹਰ ਸਾਲ ਜਦੋਂ ਵੀ ਆਉਂਦਾ ਸੀਗਾ ਆਡੀਸ਼ਨ ਵਾਸਤੇ, ਮਤਲਬ ਜਦੋਂ ਫਸਟ ਟਾਈਮ ਮੈਂ ਗਈ ਸੀਗੀ, ਹਰ ਵਾਰੀ ਮੈਨੂੰ ਲੁਧਿਆਣੇ ਜਾਣਾ ਪੈਂਦਾ ਸੀਗਾ, ਔਰ ਮੈਂ ਸੋਚਦੀ ਸੀਗੀ ਕਿ ਹਾਏ ਕਿੰਨਾ ਮੁਸ਼ਕਿਲ ਹੈ ਉੱਥੇ ਜਾਣਾ, ਔਰ ਫਿਰ ਵੀ ਇੰਨੀ ਮਨ 'ਚ ਉਤਸ਼ਾਹ ਹੁੰਦਾ ਸੀਗਾ ਜਾਣ ਵਾਸਤੇ, ਦਿਲ ਕਰਦਾ ਸੀਗਾ ਕਦੋਂ ਕਾਲ ਆਏ ਔਰ ਕਦੋਂ ਆਪਾਂ ਪਹੁੰਚੀਏ। ਔਰ 5 ਸਾਲ ਹਰ ਵਾਰੀ ਜਦੋਂ ਵੀ ਆਉਂਦਾ ਸੀਗਾ, ਮੈਂ ਨੈੱਟ 'ਤੇ ਦੇਖਦੀ ਸੀਗੀ, ਓ ਮਾਈ ਗੋਡ, ਮੈਂ ਜਾ ਨਹੀਂ ਸਕਦੀ, ਕੀ ਕਰਾਂ। ਕੋਸ਼ਿਸ਼ ਇੰਨੀ ਹੁੰਦੀ ਸੀਗੀ, ਔਰ ਉਸ ਦਿਨ ਇਹੀ ਸੋਚਦੀ ਰਹਿੰਦੀ ਸੀਗੀ ਅੱਜ ਕੀ ਹੋਇਆ, ਕੀ ਕੁਐਸਚਨ ਪੁੱਛੇ, ਨੈੱਟ 'ਤੇ ਬਾਅਦ ਵਿੱਚ ਸਰਚ ਕਰਦੇ ਰਹਿਣਾ ਕਰਦੇ ਰਹਿਣਾ। ਔਰ ਤੁਸੀਂ ਦੇਖੋ ਕਿ 5 ਸਾਲ ਬਾਅਦ ਪਠਾਨਕੋਟ ਵਿੱਚ ਆਏ ਨੇ ਪਰਮਿੰਦਰ ਸਰ ਨੇ ਫਿਰ ਮੌਕਾ ਦਿੱਤਾ ਹੈ, ਔਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ 5 ਸਾਲ ਸੋਚਦੇ ਲੱਗੇ 2013 ਤੋਂ ਬਾਅਦ, ਔਰ ਬਹੁਤ ਲੱਕੀ ਹੋ ਤੁਸੀਂ ਸਾਰੇ
कि पठानकोट विच सर ने मौका दिता सारे नूं। थैंक यू, बहुत अच्छी मीटिंग जी। थैंक यू नीति जी, मेरा प्रश्न है जी जी वाली। जी मैम, नारी शक्ति तो की भाव है? नारी शक्ति तो भाव है कि इस दुनिया नूं चलान वाली एक नारी है। नारी च सहन शक्ति बहुत जरूरी होनी चाहिए है। जो च सहन शक्ति नहीं है ना, वह घर चला सकती है ना, इस संसार विच अपना नाम कर सकती है ना कुछ कर सकती है। इस करके नारी च सहन शक्ति सब तो पहले होनी चाहिए है, और फिर उहदे विच जो भी अपने आप का एक टैल जो भी जज्बे है उहदा, उहनूं दिखाउण दा भी उहदे च हिम्मत भी होनी चाहिए है। उस चीज़ नूं जिन्ना अगे वधाएगी उही नारी शक्ति का नाम होएगा और नारी का भी नाम होएगा जी। थैंक यू, थैंक यू। ओके मैम, नारी तो मैं ये कहना चाहवांगी कि अगर नारी च कोई जज्बा नहीं है तो मैनू लगता नहीं है परिवार भी अगे जा सकते हैं। नारी की हिम्मत ही है कि फैमिली अगे जा सकती है, और नारी नाल ही एक नाम परिवार का एक नाम रोशन होंदा है, और नारी ही अगे एक परिवार एक बनाती है, और उदों तो ही पुश्ता ते पुश्ता बनदिया ने, तो नारी के नाम नाल ही सारा अगर नाम चलता है। थैंक यू, औरत ना होंगी तो फिर कुछ भी ना होंगे। हाँ जी मैम, थैंक यू जी। जी मैम जी, मैम झूमर सिंह क्लिप, मैम जिस तरह आप बालों मतलब कि बन के क्लिप लगा लें, झूमर सूई जिदे नाल झूमर बन के ते नाल साइड नू लगा दे। झूमर क्लिप शायद साइड ते जड़ा लगाते हैं पास आ बाली दे नाल क्लिप आता जड़ा जा। सगी फुल पैंदा है, सगी फुल नहीं सोचन दो, सगी फुल पैंदा है पंजाबी सभ्याचार दा बहुत ही वधिया कहना ते इक मेन जिहदे विच सुंदरता लुकी हुंदी है। टिक्का टिक्के तो उपर मत्थे दे सगी फुल। हाँ जी 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 जी, झूमर आगे लगती है। ठीक है, हाँ जी, थैंक यू जी 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 जी। हाँ सोच जी जी बिल्कुल जी 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 बिल्कुल बिल्कुल जी जी जी। थैंक यू, थैंक यू सारे ना, थैंक यू जी। कंटेस्टेंट नंबर 511 शिवानी पठानिया। सत श्री अकाल, मेरा नाम शिवानी पठानी है। मेरी उम्र 33 ईयर्स है। मेरी मैरिज नूं 11 साल हो गए। मैं मास्टर्स कीती हुई है कंप्यूटर्स च, और मेरे दो बच्चे ने। सत श्री अकाल शिवानी। सत श्री अकाल मैम, बहुत सोहने लग रहे हो खाली ड्रेस में। थैंक यू मैम। एक तो मैं क्वेश्चन पूछना चाहूंगी कि पंजाबी पहनावा की होता है, पहनावा है। हाँ जी मैम, लेडीज़ दे सगी फुल, पिपल बत्तियाँ, कैंठा, रानी हार और लौंग। मैम चांदना।
अच्छा हेलो शिवानी जी. हाँ जी. हाउ आर यू? थैंक यू फाइन मैम. वेरी गुड. ओके मैं दसो कि विच इज़ द मोस्ट इंपॉर्टेंट इंटरनल ब्यूटी और आउटर ब्यूटी? मैम दोनों. हाउ? क्योंकि जिसले जिहड़ा फर्स्ट इंप्रैशन है तुहाडा आउटर ब्यूटी का हुंदा है. इंटरनल इज़ द मोस्ट इंपॉर्टेंट. जिसले तुसीं किसे बंदे नाल इंट्रैक्ट हुंदे हो फिर तुहानू पता चलता कि वह असली खूबसूरती उहदी किद्दां दी है. मेरे लिए दोनों ही बहुत जरूरी है, एक्सटर्नल भी इंटरनल भी. गुड. थैंक यू. थैंक यू. हाँ जी. सत श्री अकाल. सत श्री अकाल जी. अच्छा पंजाब का नाम पंजाब किवें पिया? मैं पंजाब का नाम पंजाब दियाँ पंज दरियावां तो पिया. पंज का मतलब पंज आव का मतलब पानी. पंज दरिया ने चिनाब जेहलम रावी चिनाब जेहलम रावी सतलुज ब्यास. वेरी गुड. तो आप पठानकोट चो किहड़े दरिया निकलते हैं? मैम रावी. मैम नहीं रावी पंजाब च है साढ़े उधर पैंदी सानू साढ़े एरिए च सानू रावी पैंदी है. और मैम होर मैनू नहीं पता. ब्यास शायद. मैम मैनू श्योर नहीं मैं. ओके थैंक यू. थैंक यू मैम.